हाँ जी, सत श्रीकाल जी सारे, किवें ठीक हो जी सारे जने? तो उम्मीद करते हैं सारे जने ठीक ही होवोंगे। तो लो जी, फिर काफ़ी टाइम हो गया सीगा ब्लॉग पाया नूं, तो अज फिर एक नवें ब्लॉग की शुरुआत करते हैं। तो घर में थोड़ी जी प्रॉब्लम करके तो ब्लॉग आपां पाए नहीं सीगे, हुण फिर पहला वांगू ब्लॉग पाया करांगे। तो सारे जने ने जरूर देखना। लो जी, फिर हुण आपां करते हैं नवें ब्लॉग की फिर शुरुआत। पोचे लगन की तैयारी है, कला के हट गई थोड़े रहने हैं, वो ही रहना ना क्लास था, रसोई रसोई रह गई, रसोई ता लाता वो ही रहना, माड़ा फट से जाना थोड़ा रह गया। थक गई होवेगी? हां थक्का नु ता पोचा ते ता की बंदा थक जू यार, बीमार आ फिर मैं बीमार नु ता कहां दी तन्नू मैं कना, और बार खोल लिया पोचा ला लिया, बार खोल लिया पोचा ला फिर कोली रखा कर, मोडे ते टांग के रखा कर, फिर बीजा भेज देंगे बाहर, उधर नूं सद्दिया गोरियां चार नहीं लग जूगा, बस नहीं बस मम्मी लग गया, उठा दो इनू, नहीं नहीं आए मेनू बिठा, 10 मिनट 15 मिनट मिल दूं बस। वाह बहुत अन्ना टाइम हो गए, 10 मिनट तो हो गए, 5 मिनट रह गए, तू सोया भज ना सोंदा नहीं, मैं तो तेल लगा के फेर ही जाऊं, बारी तो जे दूगी सी, मेरी बारी लेके बैठा नु बीच आके कोई खड़े, जेड़ा साडा चलदे धक्का सी ना गया, जेड़ा बह गया बह गया, जेड़ा रह गया रह गया, सफाई हो रही है दुबारे, फिर दिवाली दे मौके ते एक दिन फिर आ जाना जिते घर की सफाई कर दिता, चलो ठीक है फिर वधिया, संभाल के साफ कर दियो कंधा कुंधा चंगा, कमरे साफ सफाई करी नी गई, ਕੀਮਤੀ ਸਮਾਨ ਤੁਸੀਂ ਚੱਕੋ ਹੀ ਨਾ, ਪਰ ਵੀ ਤਾਂ ਆਪਾਂ ਦੋਵਾਂ ਨਹੀਂ ਖਿੱਚਦੇ ਸੀ ਇਹ ਗੱਡਾ, ਹੋਰ ਆਪਾਂ ਦੋਵਾਂ ਨਹੀਂ ਖਿੱਚਦੇ, ਹੁਣ ਵੀ ਦੋਨੇ ਦਿਖਾਓ ਜ਼ੋਰ, ਫਿਰ ਹੁਣ ਵੀ ਦਾ ਰੌਣਾ ਨਹੀਂ ਜ਼ੋਰ ਹੈ, ਮੈਂ ਤਾਂ ਆਪਾਂ ਹੁਣ ਵੀ ਜ਼ੋਰ ਦਿਖਾਓ ਫਿਰ ਤੁਸੀਂ, ਮੈਂ ਤਾਂ ਹੁਣ ਮਾਰਾ ਮੋਟਾ ਕਰੀ, ਕੁਛ ਨਾ ਕੁਛ ਸਮਾਨ ਤਾਂ ਇੰਨੀ ਕਿ ਤੁਹਾਨੂੰ ਆਦਤ ਹੈਗੀ ਆਪਣੀ, ਗਾਰੰਟੀ ਆ ਵੀ ਉਰੇ ਪਰੇ ਕਰੋਗੇ ਜਿਹੜਾ 2 ਦਿਨ ਦੇ ਲੱਗਣਗੇ ਭਾਲਣ ਦੇ, ਐਨਾ ਕਿ ਤੁਹਾਨੂੰ ਆਪ ਤੇ ਮਾਣ ਹੈਗਾਗਾ, ਜਿਵੇਂ ਅੱਜ ਗੱਡੀ ਦੀ ਚਾਬੀ ਸੀਗੀ ਕਿੰਨੀ ਔਖੀ ਭਾਲੀ ਆ, ਗੱਡੀ
ਮੇਰੀ ਜਾਬੀ ਉਧਰ ਕਾੜੀ ਤੋੜਤੇ ਤੁਸੀਂ ਭਾਲ ਨਾਲ ਹੈ ਨਾ ਵੇ ਤੇ ਮਾਮੀ ਦੋ ਤਿੰਨ ਵਾਰੀ ਭਾਲੀ ਸੀ ਮੈਂ ਤਾਂ ਆਈ ਨਹੀਂ ਇਧਰ ਉਹੀ ਫੋਨ ਕਰਾਈ ਗਈ ਉੱਥੇ ਭੁੱਲਿਆ ਹੋਵਾਂਗਾ ਪਹਿਰੇ ਤੇ ਉੱਥੇ ਭੁੱਲਿਆ ਹੋਵਾਂਗਾ ਚਾਬੀ ਘਰੇ ਪਈ ਨਾ ਚਾਬੀ ਅੱਗੇ ਤੇ ਤੇਰੇ ਹੱਥ ਜੂ ਛੋੜਦੇ ਨਹੀਂ ਸੀ ਜਾਂ ਨਾ ਰੱਖੀ ਤੇ ਤੁਸੀਂ ਮੈਨੂੰ ਤਾਂ ਪਤਾ ਸੀ ਮੈਂ ਇੱਥੇ ਰੱਖੀ ਆ ਮਾਂ ਜਦ ਤੁਸੀਂ ਦੇਖਿਆ ਨਹੀਂ ਆ ਚਲ ਚਲ ਸਾਫ਼ ਕਰ ਜੇ ਮੈਂ ਤੇ ਕੱਪ ਮਾਰੋ ਕੀ ਕਰਾਂਗਾ ਹਨਾ ਬਾਚੂ ਦੀ ਫੈਰਾ ਨਹੀਂ ਲੈ ਲੈ ਖੈਰਾ ਨਹੀਂ ਛੱਡਣਾ ਸੀ ਤੇਰਾ ਕਹਾਂ ਜੀ ਲੱਗਿਆ ਰਹੋ ਸਾਫ਼ ਸਫਾਈ ਕਰਨ ਤੇ ਮੈਂ ਕੁਰਸੀ ਚੱਕ ਲਿਆ ਮੈਂ ਬਹਿ ਕੇ ਦੇਖਾਂ ਕਿਵੇਂ ਸਾਫ਼ ਸਫਾਈ ਕਰਦੇ ਹੋ ਤੁਸੀਂ ਇੰਨਾ ਸਾਫ਼ ਕਰਦੇ ਤੇਰਾ ਹੱਥ ਲੰਮੇ ਤੇ ਕੁਰਸੀ ਲਾ ਕੇ ਸਾਰੇ ਕੰਧਾਂ ਸਾਫ਼ ਕਰਦੇ ਅੱਛਾ ਐਡੀ ਗੱਲ ਹੋਈ ਪਈ ਆ ਕਰੋ ਕਰੋ ਸਾਫ਼ ਸਫਾਈ ਚਲੋ ਮੈਂ ਕੁਰਸੀ ਲੈ ਕੇ ਆਉਣਾਗਾ ਹੁੰਦਾ ਇੱਕ ਹੀ ਆਪਣੇ ਸਾਫ਼ ਸਫਾਈ ਕਰਨਾ ਰੱਬ ਦਾ ਕਰਨਾ ਨਹੀਂ ਹੈ ਕੋਈ ਨਾ ਬਹੁਤ ਇੱਕ ਕੱਲਾ ਹੀ 1.5 ਲੱਖ ਬਰਾਬਰ ਹੁੰਦਾ ਜਦੋਂ ਬੰਦੇ ਨੇ ਕੰਮ ਕਰਨਾ ਹੋਵੇ ਲਓ ਜੀ ਕਹਿੰਦੇ ਮੀਂਹ ਦਾ ਮੌਸਮ ਸੀਗਾ ਬਾਹਰ ਪਹਿਲਾਂ ਤੁਹਾਨੂੰ ਬਾਹਰੋਂ ਮੌਸਮ ਦਿਖਾ ਦਈਏ ਇੱਕ ਵਾਰੀ ਦੇਖ ਸਕਦੇ ਹੋ ਤੁਸੀਂ ਬੱਦਲ ਵੀ ਪੂਰਾ ਜ਼ੋਰ ਦੀ ਧੜਕ ਰਿਹਾ ਹੈਗਾ ਤੇ ਇੱਧਰ ਮੰਮੀ ਜੀ ਮਠਿਆਸ ਬਣਾਈ ਬੈਠੀ ਹੈ ਕਿ ਨਮਕੀਨ ਤਾਂ ਪਤਾ ਵਰਤਾ ਹੋਣਾ ਉਹਦੇ ਸੁਣਿਆ ਹੈਗਾ ਇੱਧਰ ਮੰਮੀ ਨੇ ਸੇਵੀਆਂ ਦਾ ਕੰਮ ਚਲਾਤਾ ਨਹੀਂ ਨਹੀਂ ਮੈਂ ਤਾਂ ਨਹੀਂ ਖਾਣਗਾ ਇਹ ਤਾਂ ਤੈਨੂੰ ਮੰਨ ਕੇ ਜਾਂ ਠੰਡ ਚ ਤੈਨੂੰ ਮੈਂ ਮਿੱਠੇ ਦੀ ਸਕੀਮ ਕਿਉਂ ਦੇ ਦਿੰਦਾ ਹੈ ਹੈ ਨਾ ਉਹ ਅਗਲਾ ਤਾਂ ਨਮਕੀਨ ਬਣਾਉਂਦਾ ਹੁੰਦਾ ਜਦੋਂ ਮੀਂਹ ਪੈਂਦਾ ਹੁੰਦਾ ਹੈਗਾ ਮਿੱਠੇ ਦੀ ਸਕੀਨ ਭੈੜੀ ਹੈ ਬਾਈ ਫਿਰ ਤਾਂ ਤੂੰ ਅੱਡੋ ਅੱਡ ਆਈਟਮ ਆ ਨਾ ਕੋਈ ਕਾਸ਼ ਦਾ ਸਕੀਨ ਆ ਕੋਈ ਕਾਸ਼ ਦਾ ਸਕੀਨ ਆਗਾ ਲੈ 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 ਮੈਨੂੰ ਪੁੱਛਿਆ ਨੀ ਜਿਹੜਾ ਬੰਦਾ ਕੋਲੇ ਖੜਾ ਹੈਗਾ हौली खा हौली देख लो बाप पढ़ाई तेज आ गई सड़द कर किसी वे सह लैन दे लाया देन दे फर्श न सह लैन दे कर दे फर्श न सारा दिन इन्हू चक्की रख दी फायदा दस ली बेचारा कहना होगा कि निकम्मे घरे आ गया निकम्मे घरे आ गया लिया लिया हो जलूस कर दी ला ला ए सारा तोड़ता हक है कि चल जाता है महीना तो नहीं चलता होना हफ्ता हफ्ता मसा ही चलता होगा ਮਹੀਨਾ ਤਾਂ ਕਿੱਥੇ ਚੱਲਦਾ ਹੋਊਗਾ ਉਹਨਾਂ ਤਾਂ ਨਜ਼ਾਰੇ ਆ ਜੀ ਦੇ ਪੋਚਿਆਂ ਵਾਲੇ ਬਣਾਏ ਜਾ ਗਏ ਬਹੁਤ ਤੁਹਾਡੇ ਵਰਗੇ ਸ਼ਖਸੀਅਤ ਆਈਆਂ ਜਿਹੜੀਆਂ ਪੋਚੇ ਤੋੜਦੀਆਂ ਜਾਂ ਹਫ਼ਤੇ ਹਫ਼ਤੇ 'ਚ ਕੀ ਬਹੁਤ ਸ਼ਖਸੀਅਤ ਆ ਮੈਂ ਤੁਹਾਡੇ ਨਾਲ ਦੀਆਂ ਜਿਹੜੀਆਂ ਪੋਚੇ ਤੋੜਦੀਆਂ ਛੇਤੀ ਛੇਤੀ ਵਿੱਚ ਨਾਲ ਵੀ ਤਾਂ ਨਜ਼ਾਰੇ ਆ ਜਾਂਦਾ ਆਈ ਬੈਠੀ ਆ ਸੋਫੇ ਤੇ ਉਹ ਸ਼ਖਸੀਅਤ ਤਾਂ ਤੂੰ ਹੀ ਤੋੜਾ ਹੁੰਦਾ ਇੱਥੇ ਆਏ ਮੈਂ ਤਾਂ ਕੋਈ ਨਹੀਂ ਤੋੜਿਆ ਕਿਤੇ ਆਪਾਂ ਤਾਂ ਜਿੱਦੇ ਟੱਕਾ ਸਿਆਣਾ ਹੁੰਦਾ ਉੱਦੇ ਤੋੜਦੇ ਹੁੰਦੇ ਆ ਕਿ ਜਮਾ ਤੁਸੀਂ ਤੋੜਦੇ ਹੁੰਦੇ ਆ ਤੁਸੀਂ ਤੋੜਿਆ ਪਹਿਲਾਂ ਨੇ ਚਾਰ ਚਾਰ ਲਾ ਮਾਰ ਕੇ ਲਾ